आज मैं मुफ्त की रेवड़ियां लेके आया हूं। ਜਿਹੜੀਆਂ ਮੁਫਤ ਦੀਆਂ ਰਿਓੜੀਆਂ ਦਾ ਜ਼ਿਕਰ ਕਰਦੇ ਹੋਏ ਬੀਜੇਪੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਖੁੱਲ੍ਹੇਆਮ 6 ਰਿਓੜੀਆਂ ਦਾ ਐਲਾਨ ਕਰ ਦਿੱਤਾ। ਦਿੱਲੀ 'ਚ ਜਨਤਾ ਦੇ ਦਰਬਾਰ ਦੇ ਦੌਰਾਨ ਜਦੋਂ ਬੋਲਣ ਦੀ ਵਾਰੀ ਅਰਵਿੰਦ ਕੇਜਰੀਵਾਲ ਦੀ ਆਈ ਤਾਂ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦੇ ਨਾਲ ਵਾਅਦਾ ਕਰਦੇ ਹੋਏ ਐਲਾਨ ਕੀਤਾ ਕਿ ਆਪ ਜਨਤਾ ਨੂੰ ਮੁਫਤ ਬਿਜਲੀ, ਮੁਫਤ ਪਾਣੀ, ਬਜ਼ੁਰਗਾਂ ਦੇ ਲਈ ਮੁਫਤ ਤੀਰਥ ਯਾਤਰਾ ਦਾ ਪ੍ਰਬੰਧ ਕਰੇਗੀ, ਮਹਿਲਾਵਾਂ ਲਈ ਮੁਫਤ ਬੱਸ ਯਾਤਰਾ, ਮੁਫਤ ਸਿੱਖਿਆ ਤੇ ਮੁਫਤ ਇਲਾਜ ਹੋਵੇਗਾ। ਕੇਜਰੀਵਾਲ ਨੇ 7ਵੀਂ ਰਿਓੜੀ ਦਾ ਵੀ ਜ਼ਿਕਰ ਕਰਦੇ ਹੋਏ ਹਰ ਮਹਿਲਾ ਨੂੰ 1000 ਰੁਪਏ ਦੇਣ ਦੀ ਗੱਲ ਕਹੀ। ਇਸ ਵਿੱਚ 6 ਮੁਫਤ ਕੀ ਰੇਵੜੀ ਹੈ, ਕੌਣ ਕੌਣ ਸੀ ਹੈ? ਪਹਿਲੀ ਰੇਵੜੀ ਮੁਫਤ ਬਿਜਲੀ, ਦੂਸਰੀ ਰੇਵੜੀ ਮੁਫਤ ਪਾਣੀ, ਤੀਸਰੀ ਰੇਵੜੀ ਬਜ਼ੁਰਗੋਂ ਕੇ ਲਈ ਮੁਫਤ ਤੀਰਥ ਯਾਤਰਾ, ਚੌਥੀ ਰੇਵੜੀ ਮਹਿਲਾਓਂ ਕੇ ਲਈ ਮੁਫਤ ਬੱਸ ਯਾਤਰਾ, ਪਾਂਚਵੀਂ ਰੇਵੜੀ ਸਬਕੇ ਲਈ ਫ੍ਰੀ ਔਰ ਸ਼ਾਨਦਾਰ ਸ਼ਿਕਸ਼ਾ, ਛੱਟੀ ਰੇਵੜੀ ਸਬਕੇ ਲਈ ਮੁਫਤ ਅੱਛਾ ਇਲਾਜ। ਇਹ 6 ਰੇਵੜੀ ਦੇ ਰਹਾ ਹੂੰ, 7ਵੀਂ ਰੇਵੜੀ ਆਨੇ ਵਾਲੀ ਹੈ, ਹਰ ਮਹਿਲਾ ਕੋ 1000 ਰੁਪਏ ਉਨਕੇ ਬੈਂਕ ਅਕਾਊਂਟ। ਉੱਥੇ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਵੀ ਚੈਲੰਜ ਕਰ ਦਿੱਤਾ ਕਿ ਬੀਜੇਪੀ ਸ਼ਾਸਿਤ ਸੂਬਿਆਂ ਦੇ ਵਿੱਚ ਬਿਜਲੀ ਮੁਫਤ ਕਰਕੇ ਵਿਖਾ ਦਿਓ, ਉਹ ਦਿੱਲੀ 'ਚ ਬੀਜੇਪੀ ਲਈ ਪ੍ਰਚਾਰ ਕਰਨਗੇ। आज मैं मोदी जी को कहता हूं, चलो कुछ नहीं, एक ही काम कर दो। फरवरी में दिल्ली के चुनाव हैं, फरवरी के पहले इन 22 के 22 राज्यों में बिजली मुफ्त कर दो, दिल्ली के चुनाव में मोदी जी का प्रचार करूंगा मैं। ਤਾਂ ਜਦੋਂ ਕੇਜਰੀਵਾਲ ਨੇ ਵੱਡੇ ਐਲਾਨ ਕੀਤੇ ਤਾਂ ਉਧਰ ਵਿਰੋਧੀਆਂ ਨੇ ਆਪ ਦੇ ਜਨਤਾ ਦਾ ਦਰਬਾਰ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੱਤੇ। ਬਿਜਲੀ 5 ਰੁਪਏ ਪ੍ਰਤੀ ਯੂਨਿਟ ਕਾ ਐਵਰੇਜ ਬਿਲਿੰਗ ਰੇਟ ਹੋਤਾ ਥਾ ਦਿੱਲੀ ਕਾ, ਆਜ ਉਹ 10 ਰੁਪਏ ਹੋ ਗਿਆ, ਕੌਣ ਜ਼ਿੰਮੇਦਾਰ ਹੈ? ਆਪਨੇ ਵਾਅਦਾ ਤੋ ਕੀਆ ਥਾ ਕਿ ਹਮ ਮਾਫ ਕਰੇਂਗੇ, ਹੋ ਗਿਆ ਉਸਕਾ ਡਬਲ, ਤੋ ਇਸਕਾ ਜ਼ਿੰਮੇਦਾਰ ਕੌਣ ਹੈ? ਔਰ ਯੇ ਜਨਤਾ ਦੇਖ ਰਹੀ ਹੈ। ਇਸ ਲਈ ਯੇ ਕੋਈ ਜਨਤਾ ਕੇ ਅਦਾਲਤ ਨਹੀਂ ਹੈ, ये शराब के ठगे हुए पैसे, लूटे हुए पैसे दिल्ली को जो लूट कर उन्होंने लेके आए हैं, उसके ऊपर पर्दा डालने की कोशिश। जिक्र जो गया कि अगले साल फरवरी महीने के दिल्ली दी विधानसभा चुनाव होने जा रही ने, तो इस विचाले आपने लोगों को लुभाने के लिए वड्डा दा खेडिया। ब्यूरो रिपोर्ट, न्यूज 18 पंजाब। आज मैं मुफ्त की रेवड़ियां लेके आया हूं। ਜਿਹੜੀਆਂ ਮੁਫਤ ਦੀਆਂ ਰਿਓੜੀਆਂ ਦਾ ਜ਼ਿਕਰ ਕਰਦੇ ਹੋਏ ਬੀਜੇਪੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਖੁੱਲ੍ਹੇਆਮ 6 ਰਿਓੜੀਆਂ ਦਾ ਐਲਾਨ ਕਰ ਦਿੱਤਾ। ਦਿੱਲੀ 'ਚ ਜਨਤਾ ਦੇ ਦਰਬਾਰ ਦੇ ਦੌਰਾਨ ਜਦੋਂ ਬੋਲਣ ਦੀ ਵਾਰੀ ਅਰਵਿੰਦ ਕੇਜਰੀਵਾਲ ਦੀ ਆਈ ਤਾਂ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦੇ ਨਾਲ ਵਾਅਦਾ ਕਰਦੇ ਹੋਏ ਐਲਾਨ ਕੀਤਾ ਕਿ ਆਪ ਜਨਤਾ ਨੂੰ ਮੁਫਤ ਬਿਜਲੀ, ਮੁਫਤ ਪਾਣੀ, ਬਜ਼ੁਰਗਾਂ ਦੇ ਲਈ ਮੁਫਤ ਤੀਰਥ ਯਾਤਰਾ ਦਾ ਪ੍ਰਬੰਧ ਕਰੇਗੀ, ਮਹਿਲਾਵਾਂ ਲਈ ਮੁਫਤ ਬੱਸ ਯਾਤਰਾ, ਮੁਫਤ ਸਿੱਖਿਆ ਤੇ ਮੁਫਤ ਇਲਾਜ ਹੋਵੇਗਾ। ਕੇਜਰੀਵਾਲ ਨੇ 7ਵੀਂ ਰਿਓੜੀ ਦਾ ਵੀ ਜ਼ਿਕਰ ਕਰਦੇ ਹੋਏ ਹਰ ਮਹਿਲਾ ਨੂੰ 1000 ਰੁਪਏ ਦੇਣ ਦੀ ਗੱਲ ਕਹੀ। ਇਸ ਵਿੱਚ 6 ਮੁਫਤ ਕੀ ਰੇਵੜੀ ਹੈ, ਕੌਣ ਕੌਣ ਸੀ ਹੈ? ਪਹਿਲੀ ਰੇਵੜੀ ਮੁਫਤ ਬਿਜਲੀ, ਦੂਸਰੀ ਰੇਵੜੀ ਮੁਫਤ ਪਾਣੀ, ਤੀਸਰੀ ਰੇਵੜੀ ਬਜ਼ੁਰਗੋਂ ਕੇ ਲਈ ਮੁਫਤ ਤੀਰਥ ਯਾਤਰਾ, ਚੌਥੀ ਰੇਵੜੀ ਮਹਿਲਾਓਂ ਕੇ ਲਈ ਮੁਫਤ ਬੱਸ ਯਾਤਰਾ, ਪਾਂਚਵੀਂ ਰੇਵੜੀ ਸਬਕੇ ਲਈ ਫ੍ਰੀ ਔਰ ਸ਼ਾਨਦਾਰ ਸ਼ਿਕਸ਼ਾ, ਛੱਟੀ ਰੇਵੜੀ ਸਬਕੇ ਲਈ ਮੁਫਤ ਅੱਛਾ ਇਲਾਜ। ਇਹ 6 ਰੇਵੜੀ ਦੇ ਰਹਾ ਹੂੰ,
सातवीं रेवड़ी आने वाली है, हर महिला को हजार हजार रुपए उनके बैंक अकाउंट। उत्ते अरविंद केजरीवाल ने बीजेपी नूं भी चैलेंज कर दिता कि बीजेपी शासित सूबियां दे विच बिजली मुफ्त करके विखा दिओ, वो दिल्ली च बीजेपी लई प्रचार करनगे। आज मैं मोदी जी को कहता हूं, चलो कुछ नहीं एक ही काम कर दो, फरवरी में दिल्ली के चुनाव हैं, फरवरी के पहले इन 22 के 22 राज्यों में बिजली मुफ्त कर दो, दिल्ली के चुनाव में मोदी जी का प्रचार करूंगा मैं। ਤਾਂ ਜਦੋਂ ਕੇਜਰੀਵਾਲ ਨੇ ਵੱਡੇ ਐਲਾਨ ਕੀਤੇ ਤਾਂ ਉੱਧਰ ਵਿਰੋਧੀਆਂ ਨੇ ਆਪ ਦੇ ਜਨਤਾ ਦਾ ਦਰਬਾਰ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੱਤੇ। ਬਿਜਲੀ 5 ਰੁਪਏ ਪ੍ਰਤੀ ਯੂਨਿਟ ਕਾ ਐਵਰੇਜ ਬਿਲਿੰਗ ਰੇਟ ਹੋਤਾ ਥਾ ਦਿੱਲੀ ਕਾ, ਆਜ ਉਹ 10 ਰੁਪਏ ਹੋ ਗਿਆ, ਕੌਣ ਜ਼ਿੰਮੇਦਾਰ ਹੈ? ਆਪਨੇ ਵਾਅਦਾ ਤੋ ਕੀਆ ਥਾ ਕਿ ਹਮ ਮਾਫ ਕਰੇਂਗੇ, ਹੋ ਗਿਆ ਉਸਕਾ ਡਬਲ, ਤੋ ਇਸਕਾ ਜ਼ਿੰਮੇਦਾਰ ਕੌਣ ਹੈ? ਔਰ ਯੇ ਜਨਤਾ ਦੇਖ ਰਹੀ ਹੈ। ਇਸ ਲਈ ਇਹ ਕੋਈ ਜਨਤਾ ਕੇ ਅਦਾਲਤ ਨਹੀਂ ਹੈ, ये शराब के ठगे हुए पैसे, लूटे हुए पैसे, दिल्ली को जो लूट कर उन्होंने लेके आए हैं उसके ऊपर पर्दा डालने की कोशिश। जिक्र जो गया कि अगले साल फरवरी महीने के दिल्ली दी विधानसभा चुनाव होने जा रही ने, तो इस विचाले आप ने लोगों को लुभाने के लिए वड्डा दा खेडिया। ब्यूरो रिपोर्ट न्यूज 18 पंजाब।